सरकारी स्कूल दे अध्यापकां दे झगड़े विच लगा विद्यार्थियों नूं चूना पर प्रिंसीपल साढ़े तो दोबारा फीस मांग रहे हैं सानू दोबारा फीस भरनी पै रही है जो कि साढ़े नहीं बनती सी स्कूल वल्लों मंगी जा रही वार वार फीस इंसाफ दे लई सड़कां ते उतरे विद्यार्थी अपने अध्यापक अपनी फीस जमा करवा दिती गई लेकिन अध्यापक ने स्कूल छड़ जाने तो बाद हुण प्रिंसीपल वल्लों उन्हां कोलों दोबारा फीस मंगी जा रही है जिसके चलदियां उन्हां नूं विरोध करना पै रहा है जी पिछले दिन बॉय स्कूल जेड़ा फाजिलका विखे हैगा उतो स्टूडेंट तो हजार हजार रुपया फीस भरवाई गई पिछले दिन कॉन्स्टिट्यूट ना फीस से क्या गया भी हजार हजार रुपया भरो प्रिंसीपल वालों प्रिंसीपल दी ते जेड़ा क्लास का इंचार्ज सी हिमांशु सर इन्हां दी किसी आपसी लड़ाई होने कारण हिमांशु सर दे नां दे बंदे ने स्टूडेंट तो फीस कलैक्ट की हजार हजार रुपए ते प्रिंसीपल वालों कह दिता गया स्टूडेंट्स भी हिमांशु सर सी जेड़े तुहाडे ओह तुहाडी फीस लैके फरार हो गया स्कूल दे विचों जदों साडी टीम पंजाब स्टूडेंट यूनियन वालों जदों असीं हिमांशु सर नूं मिले उन्हां ने साडे वालों ये कहा गया भी मैं तो दो तीन महीने पहले इस्तीफा देकर गया चला इस स्कूल दे विचों ते मैं सारी फीस जिहड़ी भी स्टूडेंट्स की बनती है मैं प्रिंसीपल दे जां प्रिंसीपल नूं कलैक्ट जां जमा करवा के चला गया इत्थों हुण प्रिंसीपल दा यह कहना भी वह बंदा सारे पैसे लैके फरार हो गया जदों कि गल इदां कोई है नहीं प्रिंसीपल लगातार स्टूडेंट नूं डरा धमका रहा स्टूडेंट्स का यह कहना भी सब स्टूडेंट ने हजार हजार रुपए बनती फीस अपनी पे करती है हुण प्रिंसीपल वालों दोबारा कहा जा रहा है तुसीं दोबारा फीस पे करो तो असीं यह कहने भी गलत है जिहड़े स्टूडेंट ने एक एक बार फीस भरती दोबारा तो फीस क्यों भरेगा हुण प्रिंसीपल लगातार मानसिक तौर पर स्टूडेंट नूं यह कह रहा भी तुहाडा आने वाले दिनों से स्कूल दे विचों नाम कट दिता जाएगा तुहानूं क्लास च नहीं बैठन दिता जाएगा जे तुसीं फीस नहीं आपकी भरदे कि क्लास के जिहड़े स्टूडेंट्स प्लस वन ते प्लस टू के विद्यार्थी है जी साढ़े नाल इस टाइम इन्हां कोलों जिवें पहला साथी दस गया भी नॉन बीएससी और नॉन मेडिकल स्टूडेंट है जेड़े उन्हां कोलों 1100 रुपए कुछ फीस लेगी 800 स्टूडेंट तो 1000 रुपया फीस लेगी ਤੁਹਾਡੇ ਸਾਹਮਣੇ ਕਿੰਨਾ ਕੁ ਪੈਸਾ ਬਣਦਾ ਹੈ ਕੁੱਲ ਪੈਸਾ ਜੀ ਜੇ ਹਿਸਾਬ ਨਾਲ ਵੇਖੀ ਤੇ 72 ਸਟੂਡੈਂਟ ਆ ਜਿਨ੍ਹਾਂ ਦਾ ਇਸ ਟਾਈਮ ਰੌਲਾ ਬਣਿਆ ਹੋਇਆ 72000 ਰੁਪਿਆ ਬਣਦਾ ਹੈਗਾ ਟੋਟਲ ਜਿਨ੍ਹਾਂ ਰੌਲਾ ਇਹ ਬਣਿਆ ਵੀ ਉਹ ਪ੍ਰਿੰਸੀਪਲ ਵੱਲੋਂ ਇਹ ਕਿਹਾ ਜਾ ਰਿਹਾ ਵੀ ਉਹ ਹਿਮਾਂਸ਼ੂ ਸਰ ਨਾਂ ਦਾ ਬੰਦਾ ਲੈ ਕੇ ਫਰਾਰ ਹੋ ਗਿਆ ਤੇ ਹਿਮਾਂਸ਼ੂ ਸਰ ਇਹ ਕਹਿ ਰਿਹਾ ਵੀ ਉਹ ਮੈਂ ਪ੍ਰਿੰਸੀਪਲ ਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਤੇ ਤੁਸੀਂ ਇਸ ਤਰ੍ਹਾਂ ਨਾਲ ਗੱਲ ਨਹੀਂ ਕੀਤੀ ਅਸੀਂ ਪਿਛਲੇ ਦਿਨੀ ਡੀਓ ਸਾਹਿਬ ਨੂੰ ਮਿਲੇ ਸੀਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਗਏ ਸੀ ਸਾਨੂੰ ਉਹ ਮਿਲੇ ਨਹੀਂ ਅਸੀਂ ਉਹਨਾਂ ਨਾਲ ਫੋਨ ਤੇ ਗੱਲ ਵੀ ਹੁੰਦੀ ਸੀ ਡੇਢ ਘੰਟਾ ਪਰ ਸਾਨੂੰ ਨਾ ਤੇ ਕੋਈ ਡਿਪਟੀ ਡੀਓ ਆ ਕੇ ਮਿਲਿਆ ਨਾ ਡੀਓ ਆ ਕੇ ਮਿਲਿਆ ਨਾ ਉਹਨਾਂ ਦਾ ਕੋਈ ਛੋਟੇ ਲੈਵਲ ਦਾ ਅਧਿਕਾਰੀ ਸਾਨੂੰ ਆ ਕੇ ਮਿਲਿਆ ਪਰ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਅੱਜ ਸਾਡੀ ਮੰਗ ਇਹ ਆ ਜੀ ਇੱਕ ਤਾਂ ਜਿਹੜੇ ਸਟੂਡੈਂਟ ਤੋਂ ਨਜਾਇਜ਼ ਫੀਸਾਂ ਦੂਜੀ ਵਾਰੀ ਭਰਵਾਈਆਂ ਗਈਆਂ ਉਹ ਵਾਪਸ ਕਰਵਾਈਆਂ ਜਾਣ ਇੱਕ ਪ੍ਰਿੰਸੀਪਲ ਦੀ ਜਿਹੜੀ ਬਣਦੀ ਕਾਰਵਾਈ ਉਹਦੇ ਪ੍ਰਿੰਸੀਪਲ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਜਾਤੀ ਵਿਤਕਰੇ ਨਾਲ ਉੱਥੇ ਬੰਦਾ ਉਹ ਬੈਠਾ ਹੈ ਸਰ ਸਾਡੇ ਨਾਲ ਜਿਹੜਾ ਕਿ ਸਾਡੇ ਸਕੂਲ ਦੇ ਵਿੱਚ ਕੋਈ ਟੀਚਰਾਂ ਦੀ ਆਪਸ 'ਚ ਨਿੱਜੀ ਲੜਾਈ ਹੋਈ ਆ ਜਿਹਨਾਂ ਤੌਰ ਤੇ ਕਿ ਸਾਡੇ ਲੋ ਫੀਸ ਜਿਹੜੀ ਸਾਡੇ ਇੰਚਾਰਜ ਨੂੰ ਜਮ੍ਹਾਂ ਕਰਾਈ ਗਈ ਸੀ ਇੰਚਾਰਜ ਜੀ ਅਸਤੀਫਾ ਦੇ ਗਿਆ ਇਹ ਤੋਂ 2 ਮਹੀਨੇ ਪਹਿਲਾਂ ਹੁਣ ਉਹ ਫੀਸ ਪ੍ਰਿੰਸੀਪਲ ਵੱਲੋਂ ਕਿਹਾ ਜਾ ਰਿਹਾ ਕਿ ਉਹ ਇੰਚਾਰਜ ਨੇ ਫੀਸ ਨਹੀਂ ਜਮ੍ਹਾਂ ਕਰਾਈ ਤੇ ਇੰਚਾਰਜ ਕਹਿ ਰਿਹਾ ਕਿ ਮੈਂ ਫੀਸ ਜਮ੍ਹਾਂ ਕਰਾ ਕੇ ਤੇ ਮੈਂ ਤਾਂ ਹੀ ਉੱਥੋਂ ਫ੍ਰੀ ਹੋ ਕੇ ਗਿਆ ਤੇ ਜਿਹੜੀ ਸਾਡੀ ਫੀਸ ਹੈ ਉਹ ਪ੍ਰਿੰਸੀਪਲ ਕੋਲ ਹੈ ਉਹ ਕਹਿ ਰਿਹਾ ਪਰ ਪ੍ਰਿੰਸੀਪਲ ਸਾਡੇ ਤੋਂ ਦੁਬਾਰਾ ਫੀਸ ਮੰਗ ਰਹੇ ਆ ਸਾਨੂੰ ਦੁਬਾਰਾ ਫੀਸ ਭਰਨੀ ਪੈ ਰਹੀ ਹੈ ਜੋ ਕਿ ਸਾਡੇ ਨਹੀਂ ਬਣਦੀ ਸੀਗੀ ਨਾ ਸਾਡੇ ਉੱਤੇ ਕੋਈ ਕਾਰਵਾਈ ਹੋ ਰਹੀ ਆ ਕਿ ਨਾ ਸਾਨੂੰ ਕੋਈ ਸਲਿੱਪ ਦਿੱਤੀ ਜਾ ਰਹੀ ਕਿਸੇ ਸਟੂਡੈਂਟ ਨੇ ਕਿ ਇੰਨੀ ਫੀਸ ਦਿੱਤੀ ਜਾਂ ਕੁਛ ਤੇ ਉੱਤੋਂ ਜਿਹੜਾ ਹੈਗਾ ਟੀਚਰਾਂ ਵੱਲੋਂ ਬੱਚਿਆਂ ਨੂੰ ਪ੍ਰੈਸਰਾਈਜ਼ ਕੀਤਾ ਜਾ ਰਿਹਾ ਕਿ ਤੁਹਾਨੂੰ ਲੇਟ ਫੀਸ ਪਏਗੀ ਸਕੂਲੋਂ ਨਾ ਕੱਢ ਦਿੱਤਾ ਜਾਏਗਾ ਰੋਲ ਨੰਬਰ ਨਹੀਂ ਇਸ਼ੂ ਹੋਏਗਾ ਬੋਰਡ ਦਾ ਬੈਠਣ ਨਹੀਂ ਦਿੱਤਾ ਜਾਏਗਾ ਪੇਪਰਾਂ 'ਚ ਜੀ ਐਵੇਂ ਦੀ ਚੀਜ਼ਾਂ ਨਾਲ ਧਮਕਾਇਆ ਜਾ ਰਿਹਾ ਕਿ ਤੁਸੀਂ ਫੀਸ ਭਰੋ ਕਿੰਨੀਆਂ ਕਿੰਨੀਆਂ ਫੀਸਾਂ ਨੇ ਜਿਹੜੀਆਂ ਤੁਸੀਂ ਕਰਾਈਆਂ ਹੈਗੀਆਂ ਸਰ 1000 ਰੁਪਏ ਹਰੇਕ ਬੱਚੇ ਤੋਂ ਲਈ ਗਈ ਹੈ ਕਿੰਨੇ ਕੁ ਬੱਚਿਆਂ ਨੇ ਜਿਹੜੀ ਫੀਸ ਦਿੱਤੀ ਹੈਗੀ ਸਰ ਇਹ ਤਾਂ ਸਾਰੇ ਜਿੰਨੇ ਹੈਗੇ ਪਲੱਸ 1 ਪਲੱਸ 2 ਸਾਰੇ ਬੱਚੇ ਤੋਂ ਲਈ ਗਈ ਹਰੇਕ ਜਿਵੇਂ ਕਿ ਸਟ੍ਰੀਮ ਦੇ ਹਿਸਾਬ ਨਾਲ ਪੈਸੇ ਹੈਗੇ ਆ ਜੋ ਕਿ ਜਿਹੜੇ ਹੈਗੇ ਆ ਆਪਣੇ ਨਾਨ ਮੈਡੀਕਲ ਮੈਡੀਕਲ ਇਹਨਾਂ ਤੋਂ 1100 ਕੁਛ ਰੁਪਏ ਲਈ ਜਾ ਰਹੀ ਹੈ ਆਰਟਸ ਵਾਲਿਆਂ ਤੋਂ 1000 ਰੁਪਏ ਲਈ ਜਾ ਰਹੀ ਹੈ ਹਾਲਾਂਕਿ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਏਬੀਪੀ ਸਾਂਝਾ ABP Sancha, Josh, Jazba, Junoon.